हाजिरी लगानी है। हाजिरी तो सुबह से आप लोग गवाह हैं और एसआईटी के जो अध्यक्ष चेयरमैन जिन्होंने पूछताछ करनी वो भी यहीं बैठे थे, लेकिन थाने जाना है अलका लांबा को। ये दिल्ली की बेटी को अगर कहेंगे कि थानों में जा जाके हाजिरियां लगाएगी तो पंजाब कोई अरेस्ट करने का। दो घंटे पहले एसएसपी ने वेट कराया, मगरों कहता साढ़े को फाइल ही है नहीं जी, असी इन्वेस्टिगेशन ज्वाइन ही नहीं करा सकते। किस किस्म की सरकार है ये? तो बकायदा तौर सोची समझी साजिश नाल एक साड़ी धी नू एक साड़ी भैन नू इत्थे लिया के पंजाब दी पावन धरती ते बिजत करन दी गल। इन्हां लोकां नू जिहड़े बाहरों आए दिल्ली वाले इन्हां नू पता नहीं कि पंजाब दीआं परंपरावां की ने, पंजाब दा इतिहास की है, पंजाब दा कल्चर की है। ਇਹ ਗੁਰੂਆਂ ਪੀਰਾਂ ਤੇ ਪੈਗੰਬਰਾਂ ਦੀ ਸੂਰਬੀਰਾਂ ਦੀ ਧਰਤੀ ਹੈ, ਬੁਜ਼ਦਿਲਾਂ ਦੀ ਧਰਤੀ ਨਹੀਂ ਹੈ। ਪਹਿਲਾਂ ਕਹਿੰਦੇ ਸੀ ਐਸਐਸਪੀ ਸਾਹਿਬ ਆਉਣ ਗੱਲਬਾਤ ਕਰਨਗੇ, ਹੁਣ ਕੀ ਮੈਸੇਜ ਲਿਆ ਤੁਹਾਨੂੰ? ਹੁਣ ਗੱਲਬਾਤ ਕੀ ਇਹਨਾਂ ਕਰਨੀ? ਐਸਐਸਪੀ ਤੇ ਜੋ ਕਹੇਗਾ, ਜੋ ਭਗਵੰਤ ਮਾਨ ਕਹੇਗਾ, ਭਗਵੰਤ ਮਾਨ ਉਹ ਕਰੇਗਾ ਜੋ ਕੇਜਰੀਵਾਲ ਕਹਿ ਰਿਹਾ। ਕੇਜਰੀਵਾਲ ਇਹ ਕਹਿ ਰਿਹਾ ਕਿ ਜ਼ਲੀਲ ਕਰੋ ਇਹਨਾਂ ਨੂੰ ਸਦਕੇ ਤੇ। ਵੇਖੋ ਫਾਈਲ ਤੁਹਾਡੇ ਕੋਲ ਹੈ ਨਹੀਂ, ਇਨਵੈਸਟੀਗੇਸ਼ਨ ਤੁਸੀਂ ਜੁਆਇਨ ਨਹੀਂ ਕਰਾ ਸਕਦੇ, ਤੇ ਫਿਰ ਸੱਦੇ ਅਲਕਾ ਲਾਂਬਾ ਨੂੰ ਕਿਹੜੇ ਕੰਮ ਵਾਸਤੇ ਜੀ? ਪਹਿਲੇ 26 ਤਰੀਕ ਪਾਈ, 26 ਨੂੰ ਇਹਨਾਂ ਨੂੰ ਪਤਾ ਸੀ ਭਗਵੰਤ ਮਾਨ ਗੋਡੇ ਟੇਕ ਕੇ ਪੰਜਾਬ ਨੂੰ ਨਿਲਾਮ ਕਰਨ ਵਾਸਤੇ ਕੇਜਰੀਵਾਲ ਦੇ ਦਰਬਾਰ ਚ ਕਿਹਾ। ਇਹਨਾਂ ਸੋਚਿਆ ਰਾਮ ਰੌਲਾ ਇੱਥੋਂ ਵਾਲਾ ਇਹ ਨਾ ਕਿਤੇ ਉਹਨੂੰ ਓਵਰ ਸ਼ੈਡੋ ਕਰ ਜੇ, ਉਹਨਾਂ ਦੇ ਉਹ ਜਿਹੜੇ ਜਿਹੜਾ ਸਾਰਾ ਕੁਝ ਪੰਜਾਬ ਦਾ ਨਿਲਾਮ ਕਰਨ ਲੱਗੇ ਸੀ। ਤੇ 27 ਤਰੀਕ ਬਾਅਦ ਸੀ, ਅੱਜ ਸਾਡੇ ਨਾਲ ਕਹਿੰਦਾ ਥਾਣੇ ਆਪਣੀ ਹਾਜ਼ਰੀ ਪਵਾ ਦਿਓ। ਅਸੀਂ ਤੇ ਪੰਜਾਬ ਥਾਣੇ ਤਾਂ ਚੱਲੇ ਹਾਂ ਪੰਜਾਬ ਨੂੰ ਦੱਸਣ ਵਾਸਤੇ ਕਿ ਆਹ ਸਾਡੇ ਹੈ, ਆਹ ਜਿਹੜੀ ਪਰੰਪਰਾ 75 ਸਾਲਾਂ 'ਚ ਕਿਸੇ ਪੋਲੀਟੀਕਲ ਜਮਾਤ ਨੇ ਨਹੀਂ ਕੀਤੀ। ਪਹਿਲੀ ਵਾਰ ਬੰਦਿਆਂ ਤੇ ਕੇਸਿਸ ਬਣਦੇ ਆਏ ਨੇ, ਬਟ ਆਹ ਚੀਜ਼ ਪਹਿਲੀ ਵਾਰ ਵੇਖੀ ਹੈ ਕਿ ਤੁਸੀਂ ਇੱਕ ਜਿਹੜਾ ਇੰਸੀਡੈਂਟ ਵੀ ਪੰਜਾਬ 'ਚ ਕੋਈ ਨਹੀਂ ਹੋਇਆ, 2.5 ਮਹੀਨੇ ਪਹਿਲੇ ਦਾ ਇੰਸੀਡੈਂਟ ਜਿਹੜਾ ਪੰਜਾਬ 'ਚ ਹੋਇਆ ਨਹੀਂ, ਦਿੱਲੀ 'ਚ ਕੋਈ ਕਿਸੇ ਨੇ ਵੀਡੀਓ ਸੁਣੀ ਹੈ, ਕੇਸ ਇੱਥੇ ਰਜਿਸਟਰ ਕਰ ਦਿੱਤਾ। ਇਹ ਪਰੰਪਰਾ ਮੈਂ ਆਪ ਵਾਲਿਆਂ ਨੂੰ ਕਹਿਣਾ ਚਾਹੁੰਦਾ, ਗਲਤ ਫਹਿਮੀ ਦੇ ਕਿਤੇ ਸ਼ਿਕਾਰ ਨਾ ਰਹੋ। ਲੋਕਾਂ ਨੇ ਤੁਹਾਨੂੰ ਐਤਕੀ ਵੋਟਾਂ ਭਰਮ ਭੁਲੇਖੇ 'ਚ ਪਾ ਦਿੱਤੀਆਂ। ਜੋ ਤੁਹਾਡੀ ਸੋਚ ਹੈ, ਜੋ ਤੁਸੀਂ ਲੋਕਾਂ ਨੂੰ ਤੇ ਮਹੀਨੇ ਡੇਢ 'ਚ ਹੀ ਸਮਝਾਉਣੀ ਸ਼ੁਰੂ ਹੋ ਗਈ ਕਿ ਇਹਦੇ ਹਾਂਜੀ ਉੱਥੇ ਜਾਣਾ ਪਏਗਾ ਜੀ, ਜਿੱਥੇ ਇਹਨਾਂ ਨੇ ਘੱਲਿਆ ਉੱਥੇ ਜਾਣਾ ਪਏਗਾ। ਅੰਦਰੋਂ ਤੁਸੀਂ ਆਏ ਹੋ, ਐਸਐਸਪੀ ਦਫ਼ਤਰਾਂ ਮੁਲਾਕਾਤ ਹੋ ਗਈ ਤੁਹਾਡੇ ਨਾਲ? ਆ ਐਸਐਸਪੀ ਸਾਹਿਬ ਦੀ ਤੇ ਹੋ ਗਈ ਜੀ, ਬਾਕੀ ਅਜੇ ਉਹਨਾਂ ਨੇ ਆਖਿਆ ਵੀ ਫਾਈਲ ਹਾਈ ਕੋਰਟ 'ਚ ਆ, ਉੱਥੇ ਗਈ ਆ ਇਨਵੈਸਟੀਗੇਸ਼ਨ, ਅੱਜ ਜੁਆਇਨ ਨਹੀਂ ਕਰਾ ਸਕਦੇ। ਬਾਈ ਨੇਮ ਉਹਨਾਂ ਦੇ ਉੱਤੇ ਹਲੇ ਤੱਕ ਕੋਈ ਕੰਪਲੇਂਟ ਨਾ ਐਡ ਕੀਤਾ ਗਿਆ ਨਾ ਬਾਈ? ਤ੍ਰਿਪਤ ਰਜਿੰਦਰ ਬਾਜਵਾ ਜੀ ਮੇਰੇ ਨਾਲ ਹੈ, ਤੁਸੀਂ ਵੀ ਦੱਸ ਜੋ ਤੁਸੀਂ ਹੋ ਕੇ ਆਏ ਹੋ, ਤੁਹਾਡੀ ਤਮਾਮ ਲੀਡਰਸ਼ਿਪ ਇਹ ਕਹਿੰਦੀ ਪਈ ਹੈ ਕਿ ਵੈਂਡੇਟਾ ਦੀ ਪੋਲਿਟਿਕਸ ਹੋ ਰਹੀ, ਤੁਸੀਂ ਕੀ ਕਹਿੰਦੇ? ਬਿਲਕੁਲ ਹੈ ਵੈਂਡੇਟਾ ਦੀ ਪੋਲਿਟਿਕਸ, ਵੈਂਡੇਟਾ ਹੀ ਹੈ, ਵੈਰੀ ਵੈਂਡੇਟਾ ਹੀ ਹੈ, ਹੋਰ ਕੀ ਹੈ? ਵੈਰੀ ਅਨਫਰਟ ਜਿਹੜਾ ਕੇਜਰੀਵਾਲ ਦਾ ਕਰੈਕਟਰ ਜਿਹੜਾ ਹੁਣ ਸਾਹਮਣੇ ਆ, ਉਹਦੇ ਮਨ 'ਚ ਕੀ ਹੈ, ਅੰਦਰ ਅੰਦਰ ਕੀ ਭਰਿਆ ਵਾ, ਇੰਨਾ ਛੋਟੇ ਦਿਲ ਦਾ ਇਨਸਾਨ। ਸੋਰੀ ਤ੍ਰਿਪਤ ਰਜਿੰਦਰ ਬਾਜਵਾ ਜੀ ਕਹਿੰਦੇ ਪਏ ਆ, ਕਹਿੰਦੇ ਕਿ ਬੜੇ ਛੋਟੇ ਦਿਲ ਦੇ ਇਨਸਾਨ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ, ਇੱਥੇ ਗੁਰਕੀਰਤ ਕੋਟਲੀ ਜੀ ਵੀ ਬੈਠੇ ਹੋਏ ਆ, ਜੀ ਪੀ ਹੋਰੀ ਵੀ ਆ, ਕੋਟਲੀ ਸਾਹਿਬ ਰੋਟੀ ਚੱਲ ਰਹੀ ਹੈ, ਅੰਦਰੋਂ ਹੋਇਆ ਤੁਸੀਂ ਕੀ ਕਹਿੰਦੇ ਐਸਐਸਪੀ ਸਾਹਿਬ? ਦੇਖੋ ਸਾਰੀ ਪੰਜਾਬ ਪੁਲਿਸ, ਪੰਜਾਬ ਸਰਕਾਰ, ਦਿੱਲੀ ਕੇਜਰੀਵਾਲ ਦੇ ਇਸ਼ਾਰਿਆਂ ਤੇ ਚੱਲ ਰਹੀ ਹੈ, ਔਰ ਜਾਣ ਬੁੱਝ ਕੇ ਸਾਨੂੰ ਪਹਿਲਾਂ 2 ਘੰਟੇ ਐਸਐਸਪੀ ਦਫ਼ਤਰ ਬਿਠਾਇਆ ਗਿਆ, ਐਸਐਸਪੀ ਸਾਹਿਬ ਦਾ ਨਾਂ ਆਉਣਾ, ਅਸੀਂ ਉਹਨਾਂ ਨੂੰ ਉਡੀਕਦੇ ਰਹੇ, ਔਰ ਅਖੀਰ 'ਚ ਇਹ ਕਿਹਾ ਗਿਆ ਕਿ ਤੁਸੀਂ ਜਾ ਕੇ ਹੁਣ ਥਾਣੇ ਜਾਓ। ਮਤਲਬ ਆਪਣੇ ਜਿਹੜੇ ਆਕਾਮਾਂ ਨੂੰ ਖੁਸ਼ ਕਰਨ ਲਈ ਇਸ ਤਰ੍ਹਾਂ ਦੀ ਜਿਹੜੀ ਇਹ ਹਥਕੰਡੇ ਵਰਤ ਰਹੇ ਨੇ। ਬਦਲਾਵ ਨਹੀਂ ਗਾ, ਇਹ ਬਦਲਾ ਲਿਆ ਜਾ ਰਿਹਾ, ਪਰ ਕਾਂਗਰਸ ਪਾਰਟੀ ਇਸ ਲਈ ਤਿਆਰ ਆ। ਅਸੀਂ ਕਿਸੇ ਵੀ ਆਪਣੇ ਕਾਰਕੁਨ, ਕਿਸੇ ਵੀ ਪੰਜਾਬੀ ਨਾਲ ਕੋਈ ਵਿਤਕਰਾ ਨਹੀਂ ਹੋਣ ਦਿਆਂਗੇ, ਧੱਕਾ ਨਹੀਂ ਹੋਣ ਦਿਆਂਗੇ। ਔਰ ਜਿਸ ਤਰੀਕੇ ਨਾਲ ਪੋਲੀਟੀਕਲ ਵੈਂਡੇਟਾ ਸ਼ੁਰੂ ਹੋਇਆ, ਔਰ ਹਜੇ 1.5 ਮਹੀਨਾ ਹੋਇਆ, ਔਰ ਖਾਸ ਕਰਕੇ ਉਦੋਂ ਕਿਹਾ ਜਾ ਰਿਹਾ ਸੀ ਵੀ ਜੋ ਕਾਂਗਰਸ ਕਰਦੀ ਰਹੀ ਆ ਜਾਂ ਅਕਾਲੀ ਸਰਕਾਰ ਕਰਦੀ ਰਹੀ ਆ ਉਹ ਅਸੀਂ ਨਹੀਂ ਕਰਾਂਗੇ, ਅੱਜ ਤੁਹਾਡੇ ਸਾਹਮਣੇ ਆ ਕਿ ਕਿਸ ਤਰੀਕੇ ਨਾਲ ਬੇਤਹਾਸ਼ਾ ਪੁਲਿਸ, ਪੰਜਾਬ ਪੁਲਿਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਔਰ ਉਹਦੇ ਨਾਲ ਨਾਲ ਆਪਣੇ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਖੁੰਝੇ ਲਾਉਣ ਦੀ ਔਰ ਉਹਨਾਂ ਨਾਲ ਕਿੜ ਕੱਢਣ ਦੀ ਜਿਹੜੀ ਇਹ ਕੇਜਰੀਵਾਲ ਕੋਸ਼ਿਸ਼ ਕਰ ਰਹੇ ਨੇ, ਇਹ ਬਹੁਤ ਹੀ ਬਦਭਾਗੀ ਗੱਲ ਆ। ਭੁੱਲਰ ਸਾਹਿਬ, ਤੁਸੀਂ ਮੇਰੀ ਇੰਟਰਵਿਊ 'ਚ ਕਿਹਾ ਸੀਗਾ ਇਲੈਕਸ਼ਨਾਂ ਤੋਂ ਪਹਿਲਾਂ ਕਿ ਅਫਸੋਸ ਇਹ ਹੈਗਾ 2-3 ਬੰਦੇ ਟੰਗਣੇ ਸੀ, ਟੰਗ ਨਹੀਂ ਸਕੇ, ਇਹ ਤੇ ਬਾਈ ਪੁੱਠੀ ਪੈਂਦੀ ਵੀ ਪੰਜਾਬ 'ਚ। ਦੇਖੋ ਜੀ, ਮੈਂ ਬੰਦਿਆਂ ਦੀ ਗੱਲ ਕੀਤੀ ਸੀ, ਪਰ ਜਿਹੜੀ ਲਾਈਨ ਦੇ ਉੱਤੇ ਆਪ ਪਾਰਟੀ ਵਾਲੇ ਤੁਰੇ ਆ ਵੀ ਪੰਜਾਬ ਦੇ ਵਿੱਚ ਇਹੋ ਹੀ ਪਰੰਪਰਾ ਰਹੀ ਹੈ, ਚਾਹੇ ਤੁਹਾਡਾ ਕਿੱਡਾ ਵੱਡਾ ਵੀ ਕੋਈ ਦੁਸ਼ਮਣ ਵੀ ਹੋਵੇ ਨਾ, ਉਹਦੀ ਵੀ ਧੀ ਭੈਣ ਬੇਟੀ ਦੀ ਹਰ ਕੋਈ ਇੱਜ਼ਤ ਕਰਦਾ, ਪਰ ਇਹ ਇਹਨਾਂ ਨੇ ਨਵੀਂ ਪਰੰਪਰਾ ਜਿਹੜੇ ਦਿੱਲੀ ਵਾਲਿਆਂ ਨੇ ਆ ਕੇ ਇਹ ਪਾਈ ਹੈ, ਮਾੜੀ ਗੱਲ ਆ।
और इस चीज अंजाम देने जो अफसर बने हुए कठपुतली उन्होंने भी जरा मैं समझता भी जमीर जरा मर चुका वा इन्हों कमां दे विच ठीक है जो दुश्मनी है गलबात है बंदियां ना बंदियां दी गल करनी चाहिए आ इलेक्शन चो पहलो पता नहीं केड़े सूबे चे केड़ी गल की ओदे उते चाके तो ही जरा वा इन्हों नू विच नामजद करके ते ए माड़ी गल है नहीं ए करनी चाहिए जी पी जी अही सोचा सीगा चरणजीत सिंह चन्नी भी आणगे आए नहीं ओ गल ओदी ना करो अजे हल कर लां बादी गल करो बहुत तक्का किया गया जब तक धरने मुजहरे जारी रहने जब तक परचा दर्ज नहीं अपना कैंसल नहीं करते क्योंकि यह बहुत वड्डा तक्का किया क्योंकि जिवे गल की सुखपाल जी ने भी साडा जिहड़ा पंजाब च तीआं भैणां दी रखवाली करन वाले इंसान है ये बहुत बड़ा हमला एदा अपने भगवंत मान दा आप सरकार दा जिहड़ा ये कुड़ी ते कीता गया इस वक्त SSP दफ्तर दीआं लाइव तस्वीरां तुहाडे नाल सांझीआं कर रहे हैं जिथे तमाम लीडरशिप SSP साहब दे नाल मुलाकात करन तो बाद बाहर आ रही है सर किदां दी रही मुलाकात अंदर सिद्धू साहब आप चल गए सिद्धू आप तलाशी ले गया छुट्टी छुट्टी ले गया अपने प्रधान तो रूपनगर सदर थाने नहीं सदर थाने जाना थाने जवाब उन्होंने बाहर आ गया थाने गर्मी भी बहुत है।